ਹੱਥ ਬੰਨ ਕੇ ਅਪੀਲ ਕਰਦਾ ਵੀ ਆਪਦੇ ਏਸੀ ਜ਼ਿਆਦਾਤਰ ਸਾਹਮਣੇ ਲੱਗੇ ਹਨ, ਹਾਈ ਟੈਂਪਰੇਚਰ ਕਾਰਨ ਏਸੀਆਂ ਨੂੰ ਅੱਗ ਲੱਗ ਰਹੀ ਹੈ। ਆਹ ਦੇਖੋ ਬਾਈ, ਅੱਜ ਇਹ ਕੇਸ ਆਇਆ ਭਵਾਨੀਗੜ੍ਹ ਦਾ, ਇਹਦੇ ਵਿੱਚ ਧੂੰਆਂ ਹਾਲੇ ਤੱਕ ਵੀ ਲੱਕੜ ਰਹੇਗਾ, ਕੰਪਰੈਸਰ ਮੱਚ ਸਕਦਾ ਸੀਗਾ ਇਹਦਾ, ਪਰ ਬਚਤ ਰਹੇਗੀ। ਅੱਤ ਦੀ ਗਰਮੀ ਪੈ ਰਹੀ ਹੈ ਤੇ ਅਜਿਹੇ 'ਚ ਲੋਕ ਚਾਹੁੰਦੇ ਨੇ ਕਿ ਸਾਡਾ ਕਮਰਾ ਇੱਕਦਮ ਠੰਡਾ ਰਹੇ ਤੇ 16 ਡਿਗਰੀ ਟੈਂਪਰੇਚਰ ਤੇ ਅਕਸਰ ਹੀ ਲੋਕ ਆਪਣੇ ਏਸੀ ਨੂੰ ਚਲਾਉਂਦੇ ਨੇ, ਪਰ ਹੁਣ 16 ਡਿਗਰੀ ਤੇ ਲਗਾਤਾਰ ਏਸੀ ਚਲਾਉਣ ਵਾਲੇ ਲੋਕ ਸਾਵਧਾਨ ਹੋ ਜਾਣ, ਕਿਉਂਕਿ ਇਸ ਦੇ ਨਾਲ ਤੁਹਾਡੇ ਏਸੀ ਦਾ ਕੰਪਰੈਸਰ ਵੀ ਫਟ ਸਕਦਾ ਹੈ। ਜਿਸ ਤੋਂ ਬਾਅਦ ਹੁਣ ਮਕੈਨਿਕ ਨੇ ਵੀ ਹੱਥ ਜੋੜ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 16 ਡਿਗਰੀ ਤੇ ਆਪਣਾ ਏਸੀ ਨਾ ਚਲਾਉਣ, ਕਿਉਂਕਿ ਏਸੀ ਦਾ ਕੰਪਰੈਸਰ ਫਟ ਸਕਦਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੁਕਾਨ ਦੇ ਵਿੱਚ ਪਿਆ ਕੰਪਰੈਸਰ ਕਿਵੇਂ ਧੂੰਆਂ ਧੂੰਆਂ ਹੋ ਰੱਖਿਆ, ਅਤੇ ਇਸ ਏਸੀ ਰਿਪੇਅਰ ਮਕੈਨਿਕ ਨੇ ਦੱਸਿਆ ਕਿ ਕਿਵੇਂ ਏਸੀਆਂ ਨੂੰ ਅੱਗ ਲੱਗਦੀ ਹੈ ਤੇ ਇਹਨਾਂ ਹਾਦਸਿਆਂ ਤੋਂ ਲੋਕਾਂ ਨੂੰ ਕਿਵੇਂ ਬਚਣਾ ਚਾਹੀਦਾ। ਇਹ ਘਟਨਾ ਹੋਈ ਹੈ ਹਾਈ ਟੈਂਪਰੇਚਰ ਦੀ, ਦਿਨੋਂ ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਆ ਬਹੁਤ ਜ਼ਿਆਦਾ ਅੱਪ ਹੋ ਰਿਹਾ ਹੈਗਾ, ਉਹਦੇ ਕਾਰਨ ਇਹ ਓਵਰਹੀਟ ਹੋਣ ਕਾਰਨ ਕੰਪਰੈਸਰ ਨੂੰ ਅੱਗ ਲੱਗ ਗਈ ਸੀਗੀ। ਠੀਕ ਹੈ, ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਕਿਸੇ ਪ੍ਰਕਾਰ? ਨਹੀਂ ਨਹੀਂ, ਜਾਨੀ ਨੁਕਸਾਨ ਹੋਣ ਤੋਂ ਬਚ ਗਿਆ, ਉਹਨਾਂ ਨੇ ਬੰਦ ਕਰਤੇ ਸੀ। ਜੇ ਚੱਲਦੇ ਰਹਿੰਦਾ ਥੱਲੇ ਨਾ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ। ਮੌਕੇ 'ਤੇ ਆ ਕੇ ਕੰਟਰੋਲ ਕੀਤਾ ਗਿਆ, ਉਹਨਾਂ ਨੇ ਸਾਨੂੰ ਕੋਲ ਕੀਤੀ, ਕਹਿੰਦੇ ਵੀ ਉੱਪਰੋਂ ਧੂੰਹਾਂ ਲਿਕੜ ਰਹੇ ਸੀ, ਤਾਂ ਅਸੀਂ ਜਲਦੀ ਜਲਦੀ ਜਾ ਕੇ ਇਹਨੂੰ ਏਸੀ ਨੂੰ ਬੰਦ ਕਰਿਆ ਅਤੇ ਉਦੋਂ ਬਾਅਦ ਇੱਥੇ ਲੈ ਕੇ ਆਏ ਹਾਂ ਜੀ ਅਸੀਂ। ਕਿਵੇਂ ਦੇਖਦੇ ਤੁਸੀਂ ਲੰਮੇ ਸਮੇਂ ਤੋਂ ਏਸੀ ਰਿਪੇਅਰਿੰਗ ਦਾ ਕੰਮ ਕਰਦੇ ਹੋ, ਇੱਦਾਂ ਦੀ ਘਟਨਾਵਾਂ ਕਿਉਂ ਹੁੰਦੀਆਂ ਨੇ, ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ? ਸਾਵਧਾਨੀਆਂ ਤਾਂ ਆਪਾਂ ਨੂੰ ਇਹ ਵਰਤਣੀਆਂ ਚਾਹੀਦੀਆਂ ਨੇ ਵੀ ਇੱਕ ਤਾਂ ਏਸੀ ਨੂੰ ਆਪਣੇ ਸਾਹ ਦੇ ਵਿੱਚ ਲਗਾਇਆ ਜਾਵੇ, ਹਾਈ ਟੈਂਪਰੇਚਰ ਦਿਨੋਂ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ, ਏਸੀ ਨੂੰ ਸਾਹ ਦੇ ਵਿੱਚ ਲਵਾਇਆ ਜਾਵੇ, ਜਾਂ ਕੋਠੇ ਦੇ ਉੱਪਰ ਆਪਾਂ ਰੱਖ ਦੇਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੱਡ ਪਾਇਆ ਜਾਵੇ ਅਤੇ ਇੱਕ ਹੋਰ ਕੋਇਲ ਆ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ। ਜਦੋਂ ਇਹ ਚੋਕ ਹੋ ਜਾਂਦੇ ਨੇ, ਹਵਾ ਕਰੋਸਿੰਗ ਹੋਣੋਂ ਹਟ ਜਾਂਦੀ ਹੈ, ਇਹ ਲੋਡ ਲੈਣ ਲੱਗਦੇ, ਉਦੋਂ ਬਾਅਦ ਵੀ ਇਹ ਹਾਸੇ ਹੁੰਦੇ ਨੇਗੇ। ਹੱਥ ਬੰਨ ਕੇ ਅਪੀਲ ਕਰਦਾ ਵੀ ਆਪਦੇ ਏਸੀ ਜ਼ਿਆਦਾਤਰ ਸਾਹਮਣੇ ਲੱਗੇ ਹਨ, ਹਾਈ ਟੈਂਪਰੇਚਰ ਕਾਰਨ ਏਸੀਆਂ ਨੂੰ ਅੱਗ ਲੱਗ ਰਹੀ ਹੈ। ਆਹ ਦੇਖੋ ਬਾਈ, ਅੱਜ ਇਹ ਕੇਸ ਆਇਆ ਭਵਾਨੀਗੜ੍ਹ ਦਾ, ਇਹਦੇ ਵਿੱਚ ਧੂੰਆਂ ਹਾਲੇ ਤੱਕ ਵੀ ਲੱਕੜ ਰਹੇਗਾ, ਕੰਪਰੈਸਰ ਮੱਚ ਸਕਦਾ ਸੀਗਾ ਇਹਦਾ, ਪਰ ਬਚਤ ਰਹੇਗੀ। ਅੱਤ ਦੀ ਗਰਮੀ ਪੈ ਰਹੀ ਹੈ ਤੇ ਅਜਿਹੇ 'ਚ ਲੋਕ ਚਾਹੁੰਦੇ ਨੇ ਕਿ ਸਾਡਾ ਕਮਰਾ ਇੱਕਦਮ ਠੰਡਾ ਰਹੇ ਤੇ 16 ਡਿਗਰੀ ਟੈਂਪਰੇਚਰ ਤੇ ਅਕਸਰ ਹੀ ਲੋਕ ਆਪਣੇ ਏਸੀ ਨੂੰ ਚਲਾਉਂਦੇ ਨੇ, ਪਰ ਹੁਣ 16 ਡਿਗਰੀ ਤੇ ਲਗਾਤਾਰ ਏਸੀ ਚਲਾਉਣ ਵਾਲੇ ਲੋਕ ਸਾਵਧਾਨ ਹੋ ਜਾਣ, ਕਿਉਂਕਿ ਇਸ ਦੇ ਨਾਲ ਤੁਹਾਡੇ ਏਸੀ ਦਾ ਕੰਪਰੈਸਰ ਵੀ ਫਟ ਸਕਦਾ ਹੈ। ਜਿਸ ਤੋਂ ਬਾਅਦ ਹੁਣ ਮਕੈਨਿਕ ਨੇ ਵੀ ਹੱਥ ਜੋੜ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 16 ਡਿਗਰੀ ਤੇ ਆਪਣਾ ਏਸੀ ਨਾ ਚਲਾਉਣ, ਕਿਉਂਕਿ ਏਸੀ ਦਾ ਕੰਪਰੈਸਰ ਫਟ ਸਕਦਾ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੁਕਾਨ ਦੇ ਵਿੱਚ ਪਿਆ ਕੰਪਰੈਸਰ ਕਿਵੇਂ ਧੂੰਆਂ ਧੂੰਆਂ ਹੋ ਰੱਖਿਆ, ਅਤੇ ਇਸ ਏਸੀ ਰਿਪੇਅਰ ਮਕੈਨਿਕ ਨੇ ਦੱਸਿਆ ਕਿ ਕਿਵੇਂ ਏਸੀਆਂ ਨੂੰ ਅੱਗ ਲੱਗਦੀ ਹੈ ਤੇ ਇਹਨਾਂ ਹਾਦਸਿਆਂ ਤੋਂ ਲੋਕਾਂ ਨੂੰ ਕਿਵੇਂ ਬਚਣਾ ਚਾਹੀਦਾ। ਇਹ ਘਟਨਾ ਹੋਈ ਹੈ ਹਾਈ ਟੈਂਪਰੇਚਰ ਦੀ, ਦਿਨੋਂ ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਆ ਬਹੁਤ ਜ਼ਿਆਦਾ ਅੱਪ ਹੋ ਰਿਹਾ ਹੈਗਾ, ਉਹਦੇ ਕਾਰਨ ਇਹ ਓਵਰਹੀਟ ਹੋਣ ਕਾਰਨ ਕੰਪਰੈਸਰ ਨੂੰ ਅੱਗ ਲੱਗ ਗਈ ਸੀਗੀ। ਠੀਕ ਹੈ, ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਕਿਸੇ ਪ੍ਰਕਾਰ? ਨਹੀਂ ਨਹੀਂ, ਜਾਨੀ ਨੁਕਸਾਨ ਹੋਣ ਤੋਂ ਬਚ ਗਿਆ, ਉਹਨਾਂ ਨੇ ਬੰਦ ਕਰਤੇ ਸੀ। ਜੇ ਚੱਲਦੇ ਰਹਿੰਦਾ ਥੱਲੇ ਨਾ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ। ਮੌਕੇ 'ਤੇ ਆ ਕੇ ਕੰਟਰੋਲ ਕੀਤਾ ਗਿਆ, ਉਹਨਾਂ ਨੇ ਸਾਨੂੰ ਕੋਲ ਕੀਤੀ, ਕਹਿੰਦੇ ਵੀ ਉੱਪਰੋਂ ਧੂੰਹਾਂ ਲਿਕੜ ਰਹੇ ਸੀ, ਤਾਂ ਅਸੀਂ ਜਲਦੀ ਜਲਦੀ ਜਾ ਕੇ ਇਹਨੂੰ ਏਸੀ ਨੂੰ ਬੰਦ ਕਰਿਆ ਅਤੇ ਉਦੋਂ ਬਾਅਦ ਇੱਥੇ ਲੈ ਕੇ ਆਏ ਹਾਂ ਜੀ ਅਸੀਂ। ਕਿਵੇਂ ਦੇਖਦੇ ਤੁਸੀਂ ਲੰਮੇ ਸਮੇਂ ਤੋਂ ਏਸੀ ਰਿਪੇਅਰਿੰਗ ਦਾ ਕੰਮ ਕਰਦੇ ਹੋ, ਇੱਦਾਂ ਦੀ ਘਟਨਾਵਾਂ ਕਿਉਂ ਹੁੰਦੀਆਂ ਨੇ, ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ? ਸਾਵਧਾਨੀਆਂ ਤਾਂ ਆਪਾਂ ਨੂੰ ਇਹ ਵਰਤਣੀਆਂ ਚਾਹੀਦੀਆਂ ਨੇ ਵੀ ਇੱਕ ਤਾਂ ਏਸੀ ਨੂੰ ਆਪਣੇ ਸਾਹ ਦੇ ਵਿੱਚ ਲਗਾਇਆ ਜਾਵੇ, ਹਾਈ ਟੈਂਪਰੇਚਰ ਦਿਨੋਂ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ, ਏਸੀ ਨੂੰ ਸਾਹ ਦੇ ਵਿੱਚ ਲਵਾਇਆ ਜਾਵੇ, ਜਾਂ ਕੋਠੇ ਦੇ ਉੱਪਰ ਆਪਾਂ ਰੱਖ ਦੇਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੱਡ ਪਾਇਆ ਜਾਵੇ।
ਅਤੇ ਇੱਕ ਹੋਰ ਕੋਇਲ ਆ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ। ਜਦੋਂ ਇਹ ਚੋਕ ਹੋ ਜਾਂਦੇ ਨੇ, ਹਵਾ ਕਰੋਸਿੰਗ ਆਉਣੋਂ ਹਟ ਜਾਂਦੀ ਹੈ, ਲੋਡ ਲੈਣ ਲੱਗਦੇ, ਉਦੋਂ ਬਾਅਦ ਵੀ ਇਹ ਹਾਸੇ ਹੁੰਦੇ ਨੇਗੇ।